ਜਾ ਰਿਹਾ ਸੀਗਾ ਔਰ ਮੇਰੀ ਗੱਡੀ ਸਲੋ ਹੀ ਸੀਗੀ, ਪਿੱਛੋਂ ਇੱਕਦਮ ਮੇਰੇ ਆ ਕਰਕੇ ਵੱਜੀ ਇਹ ਗੱਡੀ, ਮੈਨੂੰ ਨਹੀਂ ਪਤਾ ਚੱਲਿਆ ਔਰ ਇੱਕਦਮ ਜਦੋਂ ਮੈਨੂੰ ਹੋਸ਼ ਆਇਆ ਮੈਨੂੰ ਪਤਾ ਲੱਗਿਆ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ। ਫਿਰ ਇਹ ਪੁਲਿਸ ਵਾਲਿਆਂ ਨੇ ਕੱਢ ਕੇ ਮੈਨੂੰ ਬਾਹਰ ਕੱਢਿਆ ਹੈ, ਕਿਸੇ ਤਰ੍ਹਾਂ ਮੈਂ ਬਾਹਰ ਆ ਗਿਆ, ਬਚਾਅ ਹੋ ਗਿਆ ਕਿਉਂਕਿ ਬੈਲੂਨ ਉਸਦੇ ਖੁੱਲ੍ਹ ਗਏ ਹੋਏ ਸੀਗੇ। ਨਹੀਂ ਉਹ ਉਹਨਾਂ ਨੇ ਆਪਣੀ ਗੱਲ ਕਰੀ ਜਾਂਦੇ, ਉਹਨਾਂ ਨੂੰ ਕਿਹੜਾ ਪਤਾ ਹੈ ਕਿ ਪੁੱਲ 'ਤੇ ਹੈ। ਮੇਰੀ ਗੱਡੀ ਚਲੀ ਜਾਂਦੀ ਸੀਗੀ ਸਲੋ, ਲੇਕਿਨ ਸਪੀਡ ਬਹੁਤ ਜ਼ਿਆਦਾ ਮੇਰੀ ਨਹੀਂ ਸੀਗੀ, 30-40 ਦੀ ਸਪੀਡ ਹੋਣੀ, 30 ਦੀ ਸਪੀਡ ਹੋਣੀ ਹੈ ਲਗਭਗ। ਹੈਂਡ ਬ੍ਰੇਕ ਤਾਂ ਉਹਨਾਂ ਨੇ ਹੁਣ ਲਾਈ ਹੈ, ਜਦੋਂ ਐਕਸੀਡੈਂਟ ਹੋਇਆ ਹੈ ਤਾਂ ਹੈਂਡ ਬ੍ਰੇਕ ਲਾਈ ਹੈ ਉਹਨਾਂ ਨੇ। ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਆ ਕੇ ਸਿੱਧੇ ਹਿੱਟ ਕੀਤੀ ਹੈ ਉਹਨਾਂ ਨੇ। ਜਾ ਰਿਹਾ ਸੀਗਾ ਔਰ ਮੇਰੀ ਗੱਡੀ ਸਲੋ ਹੀ ਸੀਗੀ, ਪਿੱਛੋਂ ਇੱਕਦਮ ਮੇਰੇ ਆ ਕਰਕੇ ਵੱਜੀ ਇਹ ਗੱਡੀ, ਮੈਨੂੰ ਨਹੀਂ ਪਤਾ ਚੱਲਿਆ ਔਰ ਇੱਕਦਮ ਜਦੋਂ ਮੈਨੂੰ ਹੋਸ਼ ਆਇਆ ਮੈਨੂੰ ਪਤਾ ਲੱਗਿਆ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ। ਫਿਰ ਇਹ ਪੁਲਿਸ ਵਾਲਿਆਂ ਨੇ ਕੱਢ ਕੇ ਮੈਨੂੰ ਬਾਹਰ ਕੱਢਿਆ ਹੈ, ਕਿਸੇ ਤਰ੍ਹਾਂ ਮੈਂ ਬਾਹਰ ਆ ਗਿਆ, ਬਚਾਅ ਹੋ ਗਿਆ ਕਿਉਂਕਿ ਬੈਲੂਨ ਉਸਦੇ ਖੁੱਲ੍ਹ ਗਏ ਹੋਏ ਸੀਗੇ। ਨਹੀਂ ਉਹ ਉਹਨਾਂ ਨੇ ਆਪਣੀ ਗੱਲ ਕਰੀ ਜਾਂਦੇ, ਉਹਨਾਂ ਨੂੰ ਕਿਹੜਾ ਪਤਾ ਹੈ ਕਿ ਪੁੱਲ 'ਤੇ ਹੈ। ਮੇਰੀ ਗੱਡੀ ਚਲੀ ਜਾਂਦੀ ਸੀਗੀ ਸਲੋ, ਲੇਕਿਨ ਸਪੀਡ ਬਹੁਤ ਜ਼ਿਆਦਾ ਮੇਰੀ ਨਹੀਂ ਸੀਗੀ, 30-40 ਦੀ ਸਪੀਡ ਹੋਣੀ, 30 ਦੀ ਸਪੀਡ ਹੋਣੀ ਹੈ ਲਗਭਗ। ਹੈਂਡ ਬ੍ਰੇਕ ਤਾਂ ਉਹਨਾਂ ਨੇ ਹੁਣ ਲਾਈ ਹੈ, ਜਦੋਂ ਐਕਸੀਡੈਂਟ ਹੋਇਆ ਹੈ ਤਾਂ ਹੈਂਡ ਬ੍ਰੇਕ ਲਾਈ ਹੈ ਉਹਨਾਂ ਨੇ। ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਆ ਕੇ ਸਿੱਧੇ ਹਿੱਟ ਕੀਤੀ ਹੈ ਉਹਨਾਂ ਨੇ। ਜਾ ਰਿਹਾ ਸੀਗਾ ਔਰ ਮੇਰੀ ਗੱਡੀ ਸਲੋ ਹੀ ਸੀਗੀ, ਪਿੱਛੋਂ ਇੱਕਦਮ ਮੇਰੇ ਆ ਕਰਕੇ ਵੱਜੀ ਇਹ ਗੱਡੀ, ਮੈਨੂੰ ਨਹੀਂ ਪਤਾ ਚੱਲਿਆ ਔਰ ਇੱਕਦਮ ਜਦੋਂ ਮੈਨੂੰ ਹੋਸ਼ ਆਇਆ ਮੈਨੂੰ ਪਤਾ ਲੱਗਿਆ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ। ਫਿਰ ਇਹ ਪੁਲਿਸ ਵਾਲਿਆਂ ਨੇ ਕੱਢ ਕੇ ਮੈਨੂੰ ਬਾਹਰ ਕੱਢਿਆ ਹੈ, ਕਿਸੇ ਤਰ੍ਹਾਂ ਮੈਂ ਬਾਹਰ ਆ ਗਿਆ, ਬਚਾਅ ਹੋ ਗਿਆ ਕਿਉਂਕਿ ਬੈਲੂਨ ਉਸਦੇ ਖੁੱਲ੍ਹ ਗਏ ਹੋਏ ਸੀਗੇ। ਨਹੀਂ ਉਹ ਉਹਨਾਂ ਨੇ ਆਪਣੀ ਗੱਲ ਕਰੀ ਜਾਂਦੇ, ਉਹਨਾਂ ਨੂੰ ਕਿਹੜਾ ਪਤਾ ਹੈ ਕਿ ਪੁੱਲ 'ਤੇ ਹੈ। ਮੇਰੀ ਗੱਡੀ ਚਲੀ ਜਾਂਦੀ ਸੀਗੀ ਸਲੋ, ਲੇਕਿਨ ਸਪੀਡ ਬਹੁਤ ਜ਼ਿਆਦਾ ਮੇਰੀ ਨਹੀਂ ਸੀਗੀ, 30-40 ਦੀ ਸਪੀਡ ਹੋਣੀ, 30 ਦੀ ਸਪੀਡ ਹੋਣੀ ਹੈ ਲਗਭਗ। ਹੈਂਡ ਬ੍ਰੇਕ ਤਾਂ ਉਹਨਾਂ ਨੇ ਹੁਣ ਲਾਈ ਹੈ, ਜਦੋਂ ਐਕਸੀਡੈਂਟ ਹੋਇਆ ਹੈ ਤਾਂ ਹੈਂਡ ਬ੍ਰੇਕ ਲਾਈ ਹੈ ਉਹਨਾਂ ਨੇ। ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਆ ਕੇ ਸਿੱਧੇ ਹਿੱਟ ਕੀਤੀ ਹੈ ਉਹਨਾਂ ਨੇ। ਜਾ ਰਿਹਾ ਸੀਗਾ ਔਰ ਮੇਰੀ ਗੱਡੀ ਸਲੋ ਹੀ ਸੀਗੀ, ਪਿੱਛੋਂ ਇੱਕਦਮ ਮੇਰੇ ਆ ਕਰਕੇ ਵੱਜੀ ਇਹ ਗੱਡੀ, ਮੈਨੂੰ ਨਹੀਂ ਪਤਾ ਚੱਲਿਆ ਔਰ ਇੱਕਦਮ ਜਦੋਂ ਮੈਨੂੰ ਹੋਸ਼ ਆਇਆ ਮੈਨੂੰ ਪਤਾ ਲੱਗਿਆ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ। ਫਿਰ ਇਹ ਪੁਲਿਸ ਵਾਲਿਆਂ ਨੇ ਕੱਢ ਕੇ ਮੈਨੂੰ ਬਾਹਰ ਕੱਢਿਆ ਹੈ, ਕਿਸੇ ਤਰ੍ਹਾਂ ਮੈਂ ਬਾਹਰ ਆ ਗਿਆ, ਬਚਾਅ ਹੋ ਗਿਆ ਕਿਉਂਕਿ ਬੈਲੂਨ ਉਸਦੇ ਖੁੱਲ੍ਹ ਗਏ ਹੋਏ ਸੀਗੇ। ਨਹੀਂ ਉਹ ਉਹਨਾਂ ਨੇ ਆਪਣੀ ਗੱਲ ਕਰੀ ਜਾਂਦੇ, ਉਹਨਾਂ ਨੂੰ ਕਿਹੜਾ ਪਤਾ ਹੈ ਕਿ ਪੁੱਲ 'ਤੇ ਹੈ। ਮੇਰੀ ਗੱਡੀ ਚਲੀ ਜਾਂਦੀ ਸੀਗੀ ਸਲੋ, ਲੇਕਿਨ ਸਪੀਡ ਬਹੁਤ ਜ਼ਿਆਦਾ ਮੇਰੀ ਨਹੀਂ ਸੀਗੀ, 30-40 ਦੀ ਸਪੀਡ ਹੋਣੀ, 30 ਦੀ ਸਪੀਡ ਹੋਣੀ ਹੈ ਲਗਭਗ। ਹੈਂਡ ਬ੍ਰੇਕ ਤਾਂ ਉਹਨਾਂ ਨੇ ਹੁਣ ਲਾਈ ਹੈ, ਜਦੋਂ ਐਕਸੀਡੈਂਟ ਹੋਇਆ ਹੈ ਤਾਂ ਹੈਂਡ ਬ੍ਰੇਕ ਲਾਈ ਹੈ ਉਹਨਾਂ ਨੇ। ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਆ ਕੇ ਸਿੱਧੇ ਹਿੱਟ ਕੀਤੀ ਹੈ ਉਹਨਾਂ ਨੇ।